ਹਾਂਜੀ ਭਾਈ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ। ਅਸੀਂ ਖੀਰਾ ਲਾਇਆ ਸੀਗਾ 10ਵੇਂ ਮਹੀਨੇ 'ਚ। ਉਸ ਤੋਂ ਬਾਅਦ ਮਤਲਬ ਵੀ ਅਸੀਂ ਪਹਿਲਾਂ ਬਹੁਤ ਔਰਗੈਨਿਕ ਦਵਾਈਆਂ ਵਰਤੀਆਂ ਨੇ, ਕਾਫੀ ਜ਼ਿਆਦਾ ਮਤਲਬ ਵੀ ਲੋਸ ਖਾਧਾ ਔਰਗੈਨਿਕ ਦਵਾਈਆਂ ਵਰਤ ਕੇ। ਇਸ ਵਾਰ ਤਾਂ ਸਾਡਾ ਮਤਲਬ ਵੀ ਲਾਸਟ ਸੀਜ਼ਨ ਸੀਗਾ ਵੀ ਅਸੀਂ ਅਗਲੀ ਵਾਰੀ ਨੂੰ ਪੱਟ ਦੇਣਾ ਸੀਗਾ, ਪਰ ਐਤਕੀ ਇਹਨਾਂ ਨੇ ਨਾਗਰਜਨ ਵਾਲਿਆਂ ਨੇ ਮੇਰੇ ਕੋਲ ਆਏ, ਇਹਨਾਂ ਨੇ ਮੈਨੂੰ ਇੱਕ ਦਵਾਈ ਦੱਸੀ ਅਤੇ ਉਸਦੀ ਮੈਂ 14 ਤਰੀਕ ਨੂੰ ਸਪਰੇਅ ਕੀਤੀ ਸੀ, ਇਸੇ 14 ਨੂੰ 10 ਦਿਨਾਂ ਬਾਅਦ ਦੁਬਾਰਾ ਰਿਪੀਟ ਕਰਨੀ ਸੀਗੀ ਦਵਾਈ। ਟ੍ਰਾਇਲ 'ਤੇ ਮੇਰੇ ਕੋਲ ਕਰਕੇ ਗਏ ਸੀਗੇ, ਦਵਾਈਆਂ ਦੋਨੋਂ ਮੇਰੇ ਕੋਲ ਨੇ, ਅਟੋਨਿਕ ਇੰਡੈਕਸ। ਠੀਕ ਹੈ ਵੀਰੇ, ਅਤੇ ਮਤਲਬ ਵੀ ਇਹ ਦੇਖੋ, ਇਹ ਦੁਬਾਰਾ ਮੈਂ ਕੱਲ੍ਹ ਜਾ ਕੇ ਮਤਲਬ ਲਿਆ ਕੇ ਕੱਲ੍ਹ ਹੀ ਸਪਰੇਅ ਕਰਾਈ ਇਹਨਾਂ ਦੀ, ਮਤਲਬ ਇੰਨਾ ਵਧੀਆ ਰਿਜ਼ਲਟ ਸੀ ਤੁਸੀਂ ਦੇਖ ਸਕਦੇ ਹੋ। ਪਹਿਲਾਂ ਸਾਡਾ ਫਲ ਸੁੱਕਣਾ ਸ਼ੁਰੂ ਹੋ ਜਾਂਦਾ ਸੀ, ਇੱਥੋਂ ਲੈ ਕੇ ਇੱਥੋਂ ਤੀਕਰ ਸਾਡਾ ਫਲ ਸੁੱਕਦਾ ਹੁੰਦਾ ਸੀਗਾ। ਇਸ ਵਾਰ ਇੱਕ ਵੀ ਦਾਣਾ ਨਹੀਂ ਸੁੱਕਿਆ ਹੈਗਾ, ਥੱਲੇ ਵੀ ਫਲ ਪੂਰਾ ਤਿਆਰ ਹੋ ਰਿਹਾ ਔਰ ਹਾਈਟ ਵੀ ਨਹੀਂ ਜ਼ਿਆਦਾ ਹੋਈ ਹੈਗੀ। ਜਿੱਥੇ ਨਹੀਂ ਸਪਰੇਅ ਕੀਤੀ ਹੈਗੀ ਉੱਧਰ ਤੁਸੀਂ ਨਿਗਾਹ ਮਾਰ ਲਓ, ਉੱਧਰ ਹਾਈਟ ਹੀ ਜ਼ਿਆਦਾ। ਠੀਕ ਹੈ ਵੀ, ਮੈਂ ਇਹ ਸੋਚਦਾ ਵੀ ਅਸੀਂ ਇੰਨਾ ਮਤਲਬ ਵੀ ਉਹ ਹੋਏ, ਪਰੇਸ਼ਾਨ ਹੋਏ ਅਤੇ ਦਵਾਈਆਂ ਵਰਤੀਆਂ ਇੰਨੀਆਂ ਜ਼ਿਆਦਾ, ਮਤਲਬ ਵੀ ਕਹਿ ਦੱਸ ਨਹੀਂ ਸਕਦੇ ਤੁਸੀਂ, ਬਾਕੀ ਜਾਣਦੀ ਬੋਲੀ ਉਸ ਵਾਲੇ ਤਕਰੀਬਨ ਸਾਰੇ ਜਾਣਦੇ ਹੀ ਹੁੰਦੇ ਨੇ। ਮਤਲਬ ਇਸ ਵਾਰ ਇੰਨਾ ਵਧੀਆ ਰਿਜ਼ਲਟ ਮਿਲਿਆ, ਇਦੋਂ ਵਧੀਆ ਰਿਜ਼ਲਟ ਨਹੀਂ ਮਿਲ ਸਕਦਾ ਕਿਸੇ ਵੀ ਦਵਾਈ ਦਾ, ਜਦੋਂ ਦੀ ਅਸੀਂ ਮਤਲਬ ਪਹਿਲੀ ਵਾਰੀ ਲਿਆ ਕੇ ਕੀਤੀ ਹੈ। ਹੁਣ ਮੈਂ ਦੁਬਾਰਾ ਕੱਲ੍ਹ ਲਿਆ ਕੇ ਰਿਪੀਟ ਦੁਬਾਰਾ ਕੀਤੀ ਹੈ, ਹੁਣ ਮੈਂ ਸਾਰੇ 'ਚ ਕੀਤੀ ਹੈ। ਠੀਕ ਹੈ ਵੀਰੇ, ਅਤੇ ਹੋਰ ਵੀ ਬੜੇ ਨੇ, ਤੁਸੀਂ ਦੇਖੋ ਵੀ ਸ਼ਾਈਨਿੰਗ ਦੇ ਵਿੱਚ ਵੀ ਫਰਕ ਹੈ, ਕਲਰ ਦੇ ਵਿੱਚ ਵੀ ਵੱਲ ਦੇ ਫਰਕ ਹੈ। ਪਹਿਲਾਂ ਪੀਲੇਪਨ 'ਚ ਸੀਗੀ, ਤਕਰੀਬਨ ਮੈਨੂੰ ਸਾਰੇ ਹੀ ਜਾਣਦੇ ਨੇ, ਰਣਜੀਤ ਸਿੰਘ ਵਿਰਕਾ ਮੇਰਾ ਨਾਂ, ਸਰਪੰਚ ਢਾਬੇ ਦੇ ਨੇੜੇ ਮੇਰਾ ਪੋਲੀਓ ਸੀ, ਤਕਰੀਬਨ ਤੁਸੀਂ ਦੇਖ ਸਕਦੇ ਹੋ ਵੀ ਪਹਿਲਾਂ ਵੀ ਆ ਕੇ ਸਾਰਿਆਂ ਨੇ ਮੇਰਾ ਦੇਖੇ ਹੋਇਆ ਪੋਲੀਓ ਵੀ ਕਿੰਨੇ, ਸਮਾਣੇ ਦੇ ਨੇੜੇ ਪਟਿਆਲਾ ਰੋਡ ਦੇ ਉੱਪਰ, ਮਤਲਬ ਤਕਰੀਬਨ ਸਾਰਿਆਂ ਨੇ ਦੇਖਿਆ ਹੋਇਆ। ਪਹਿਲਾਂ ਮੈਂ ਇੰਨਾ ਦੁਖੀ ਹੋ ਚੁੱਕਾ ਸੀ, ਮੈਂ ਹਰੇਕ ਨੂੰ ਆਉਂਦਾ ਸੀ ਵੀ ਪੋਲੀਓ ਸੀ ਨਾ ਲਾਇਓ, ਪਰ ਮੈਂ ਆਉਂਦਾ ਵੀ ਜਦੋਂ ਦੀ ਮੈਂ ਦਵਾਈ ਵਰਤੀ ਹੈ ਮੈਨੂੰ ਲੱਗ ਰਿਹਾ ਵੀ ਅਗਲਾ ਸੀਜ਼ਨ ਵੀ ਮੈਂ ਲਾਵਾਂਗਾ। ਠੀਕ ਹੈ, ਥੈਂਕ ਯੂ ਵੀਰੇ।